ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਪੰਜਾਬ ਵੱਡਾ 247 ਤੇ ਮੇਰਾ ਨਾਮ ਹੈ ਗਗਨ ਤਾਂ ਕੁਝ ਟਾਈਮ ਹੋ ਚੁੱਕਾ ਹੈ ਵੈਸੇ ਤਾਂ ਪੰਜਾਬ ਰੈਣਾ ਹਾਈ ਕੋਰਟ ਕਲਰਕ ਜਿਹੜਾ ਪੰਜਾਬ ਦੇ ਸਬੋਆਰਡੀਨੇਟ ਕੋਰਟਸ ਲਈ ਰਿਜ਼ਲਟ ਆਊਟ ਹੋ ਚੁੱਕਾ ਹੈ ਬਟ ਬੱਚਾ ਪੁੱਛਦੇ ਸੀਗੇ ਸਰ ਕਟ-ਆਫ ਕਿੰਨੀ ਹੋਗੀ ਕਿਉਂਕਿ ਅੱਗੇ ਵੀ ਪੇਪਰ ਆਇਆ ਹੋਇਆ ਹੈ ਹਾਈ ਕੋਰਟ ਕਲਰਕ ਦਾ ਤੇ ਇਹਦੇ ਵਿੱਚ ਵੀ ਵੈਕੈਂਸੀ ਆਈ ਹੋਈ ਹੈ ਤੇ ਕਟ-ਆਫ ਕਿਉਂਕਿ ਸਿਮਿਲਰ ਜੀ ਹੀ ਜਾਂਦੀ ਹੁੰਦੀ ਹੈ ਕਿਉਂਕਿ ਪੇਪਰ ਲੈਣ ਵਾਲੀ ਜਿਹੜੀ ਬਾਡੀ ਇੱਕ ਹੈ ਪੰਜਾਬ ਰੈਣਾ ਹਾਈ ਕੋਰਟ ਹੀ ਆਪਣੇ ਪੇਪਰ ਲੈਂਦਾ ਹੈ ਤਾਂ ਉਹਨਾਂ ਲਈ ਇੰਪੋਰਟੈਂਟ ਸੈਸ਼ਨ ਕਿਸੇ ਨੇ ਬਣਾਇਆ ਨਹੀਂ ਸੀ ਕਿ ਬੱਚਾ ਦੀ ਮੇਰੇ ਕੋਲ ਰਿਕੁਐਸਟ ਆਈ ਸੀਗੀ ਉਹਨਾਂ ਦਿਨਾਂ ਚ ਐਕਚੁਅਲੀ ਮੈਂ ਬਿਮਾਰ ਸੀਗਾ ਇਹ ਬਸਾਖੀ ਵਾਲੇ ਦਿਨਾਂ ਦੀ ਗੱਲ ਹੈ ਮੈਨੂੰ ਯਾਦ ਹੈ ਮੈਂ ਬਿਮਾਰ ਸੀਗਾ 12 ਪਤਾ ਨਹੀਂ 13 April ਨੂੰ ਸ਼ਾਇਦ ਰਿਜ਼ਲਟ ਆਇਆ ਸੀ ਤੇ ਮੈਂ ਘਰੇ ਪਿਆ ਸੀਗਾ ਦਵਾਈ ਦੂਈ ਲੈ ਕੇ ਤਾਂ ਹੁਣ ਮੈਂ ਕਹ ਥੋੜੇ ਲਈ ਵੀਡੀਓ ਬਣਾ ਦਿੰਨਾ ਜਿਹੜੀ ਕੱਟਆਫ ਉੱਤੇ ਤਾਂ ਕੱਟਆਫ ਬੜੀ ਅਚਰਜਨਕ ਜੀ ਗਈ ਹੈ ਬਹੁਤ ਹੀ ਸ਼ੌਕਿੰਗ ਜੀ ਕੱਟਆਫ ਗਈ ਹੈ ਤੁਹਾਨੂੰ ਵੀ ਹੈਰਾਨੀ ਜੀ ਹੋਗੀ 100 ਨੰਬਰ ਦਾ ਪੇਪਰ ਸੀਗਾ ਉਸ ਤੋਂ ਬਾਅਦ ਆਪਣਾ ਟਾਈਪਿੰਗ ਹੋਈ ਸੀਗੀ ਟਾਈਪਿੰਗ ਤੇ ਐ ਤਾ ਬੱਚੇ ਇੱਕ ਤਾਂ ਦੇਖੋ ਟਾਈਪਿੰਗ ਨੂੰ ਢੇਲਾ ਨਹੀਂ ਛੱਡਣਾ ਬਹੁਤ ਬੱਚਾ ਟਾਈਪਿੰਗ ਦੇ ਬਾਹਰ ਹੋ ਗਿਆ ਬਹੁਤ ਬੱਚਾ ਡਾਕੂਮੈਂਟੇਸ਼ਨ ਚ ਬਾਹਰ ਹੋ ਗਿਆ ਤਾਂ ਜਿਹੜੀ ਕਟਆਫ ਗਈ ਹੈ ਬਹੁਤ ਸ਼ੌਕਿੰਗ ਜਨਰਲ ਦੀ ਸਭ ਤੋਂ ਉੱਚੀ ਕਟਆਫ ਨਹੀਂ ਹੈ ਜਦ ਹੁੰਦਾ ਹੈ ਨਾ ਕਿ ਜਨਰਲ ਦੀ ਸਭ ਤੋਂ ਜ਼ਿਆਦਾ ਕਟਆਫ ਜਾਂਦੀ ਨਹੀਂ ਇਸ ਵਾਰ ਗੇਮ ਹੀ ਪਟਲ ਗਈ ਆਓ ਇੱਕ ਵਾਰ ਦੱਸ ਦੇਣਾ ਤੁਹਾਨੂੰ ਇਹ ਹੈ ਜੀ ਕਟਆਫ ਤਾਂ ਜਨਰਲ ਦੀ ਕਟਆਫ ਹੈ 40.01140 ਸਭ ਤੋਂ ਜ਼ਿਆਦਾ ਕਟਆਫ ਦੇਖੋ ਕਿਹਦੀ ਗਈ ਹੈ ਐਕਸ ਸਰਵਿਸਮੈਨ ਜਨਰਲ ਦੀ 42.60457 ਇਹ ਤਾਂ ਕਿਉਂਕਿ ਪੋਸਟਾਂ ਘੱਟ ਸੀਗੀ ਜਿਨ੍ਹਾਂ ਨੇ 2-4 ਨੇ ਪੇਪਰ ਦਿੱਤਾ ਉਹਨਾਂ ਦੀ ਸਿਲੈਕਸ਼ਨ ਹੋ ਜਾਂਦੀ ਹੈ। ਬਾਕੀ ਦੇਖੋ ਤੁਸੀਂ ਲੇਕਿਨ ਜਨਰਲ ਦੀ ਕਟ-ਆਫ ਹੈ ਜਿਹੜੀ BC OBC ਜਿਹੜੇ ਪੰਜਾਬ ਵਾਲੇ ਨੇ ਉਹਨਾਂ ਤੋਂ ਵੀ ਘੱਟ ਹੈ। ਜਨਰਲ ਦੀ ਕਿੰਨੀ ਹੈ 40.011 BC OBC ਕਿੰਨੀ ਹੈ ਪੰਜਾਬ ਵਾਲੇ ਦੀ 40.039 इवन एस सी ਨੇ ਜਿਹੜੇ ਸ਼ੈਡਿਊਲ ਕਾਸਟ ਜਿਹੜੇ ਪੰਜਾਬ ਦੇ ਉਹਨਾਂ ਦੀ ਵੀ ਜਨਰਲ ਤੋਂ ਜ਼ਿਆਦਾ ਹੈ ਕਟ-ਆਫ 40.049 इवन ਜਿਹੜੇ SC EMDB ਨੇ ਉਹਨਾਂ ਦੀ ਤਾਂ ਹੋਰ ਵੀ ਜ਼ਿਆਦਾ ਹੈ 41. 073 ਸਭ ਤੋਂ ਘੱਟ ਕੱਟਆਫ ਗਈ ਐ ਇਸ ਵਾਰ ਜਨਰਲ ਦੀ 100 ਤੋਂ 40 ਨੰਬਰ ਨਹੀਂ ਆਇਆ ਆਪਣੇ ਮਤਲਬ 41 ਨੰਬਰ ਨਹੀਂ ਆ ਸਕਦੇ ਆਪਣੇ ਕਿਆ ਬਾਤ ਇਸ ਵਾਰ ਤਾਂ ਚਲੋ ਇਹਨਾਂ ਨੇ ਪੈਟਰਨ ਹੀ ਬਹੁਤ ਚੇਂਜ ਕਰਤਾ ਜਿਹੜਾ ਪੰਜਾਬ ਰਣ ਹਾਈ ਕੋਰਟ ਕਲਰਕ ਵਾਲਾ ਜਿਹੜਾ ਪੇਪਰ ਹੈ ਪੈਟਰਨ ਹੀ ਚੇਂਜ ਕਰਤਾ ਪਹਿਲਾਂ ਪ੍ਰੀਲੀਮੀਨਰੀ ਹੋ ਰਿਹਾ ਫਿਰ ਮੇਨਸ ਹੋ ਰਿਹਾ ਫਿਰ ਇੱਕ ਵਾਈਵਾ ਟੈਸਟ ਵੀ ਹੋ ਰਿਹਾ ਹੈ ਕਾਫੀ ਲੰਬਾ ਪ੍ਰੋਸੈਸ ਹੈ ਬਾਕੀ ਡਟੇ ਰਹੋ ਕਿਉਂਕਿ ਪੇਪਰ ਦਾ ਇਹੀ ਪੈਟਰਨ ਰਹਿਣ ਵਾਲਾ ਬੱਚੇ ਕੌਣ ਹੈ ਇਹੀ ਤਾਂ ਬੱਚੇ ਨੇ ਜਿਨ੍ਹਾਂ ਨੇ ਇਹ ਪੇਪਰ ਦਿੱਤਾ ਸੀਗਾ ਜਿਨ੍ਹਾਂ ਨੇ ਹਰਿਆਣਾ ਵਾਲਾ ਪੇਪਰ ਦਿੱਤਾ ਸੀ ਤੇ ਜਿਹੜੇ ਹੁ ਤਾ ਟਾਰਗੇਟ ਫੇਰ ਵੀ ਮੈਂ ਕਹਿੰਨਾ ਟਾਰਗੇਟ ਫੇਰ ਵੀ 40 ਤਾਂ ਨਹੀਂ ਟਾਰਗੇਟ 60 ਦਾ ਲੈ ਕੇ ਚੱਲੋ 60% ਨੰਬਰ ਦਾ ਟਾਰਗੇਟ ਲੈ ਕੇ ਚੱਲੋ ਉਹਨਾਂ ਤੁਹਾਡੇ ਲਈ ਵਧੀਆ ਹੋ ਜਾਊਗਾ ਮੈਂ ਦੋ ਤਿੰਨ ਵੀਡੀਓਜ਼ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਜਿਹੜੇ ਸਾਡੇ ਪੜੇ ਹੋਏ ਬੱਚੇ ਐਕਚੁਅਲੀ ਪੇਪਰ ਤਾਂ ਬਾਲੇ ਤਾਂ ਨਿਕਲ ਗਿਆ ਸੀਗਾ ਫਿਰ ਟਾਈਪਿੰਗ 'ਚ ਰਹਿ ਗਏ ਬੱਚੇ ਫਿਰ ਕੁਝ ਡਾਕੂਮੈਂਟੇਸ਼ਨ 'ਚ ਰਹਿ ਗਏ ਉਹ ਯਾਰ ਹੁਣ ਸਾਡੇ ਹੱਥਾਂ ਇਕੱਲਾ ਪੇਪਰ ਪਾਸ ਕਰਾਣਾ ਹੈ ਤਾਂ ਬਸ ਤਿਆਰੀ ਕਰਦੇ ਰਹੋ ਉਹਦੀ ਵੀ ਰੀਸੈਂਟ ਬਸ ਡੇਟ ਆਉਣ ਵਾਲੀ ਹੋਣੀ ਮਈ ਜਾਂ ਜੂਨ 'ਚ ਉਹਨੇ ਲਿਖਿਆ ਹੋਇਆ ਨੋਟੀਫਿਕੇਸ਼ਨ 'ਚ ਹੀ ਮੈਂਸ਼ਨਡ ਹੈ ਤੇ ਲਿਖ ਪਰ ਦੋ ਪੇਪਰ ਮਤਲਬ ਭਰਿਆ ਹੋਊਗਾ ਆਬਵੀਅਸਲੀ ਇਹਨਾਂ ਦੇ ਪੇਪਰ ਤੇ ਅੱਗੇ ਵੀ ਕਾਫੀ ਪੇਪਰ ਆ ਰਹੇ ਨੇ ਆਈ ਹੋਪ ਤੁਸੀਂ ਕਨਸਟੇਬਲ ਸਬ ਇੰਸਪੈਕਟਰ ਭਰਿਆ ਹੋਊਗਾ ਫਿਰ ਆਉਣ ਵਾਲਾ ਨਵਾਂ ਐਕਸਾਈਜ਼ ਨਵਾਂ ਕੋਆਪਰੇਟਿਵ ਵੀਡੀਓ ਦੀ ਦੁਬਾਰੇ ਵੈਕੈਂਸੀ ਖੋਲ ਰਹੀ ਹੈ ਪੀ ਟ੍ਰਿਪਲ ਐਸ ਵੀ ਕਲਰਕ ਦਾ ਪੇਪਰ ਹੋ ਗਿਆ ਨਾਇਬ ਤਹਿਸੀਲਦਾਰ ਦੁਬਾਰੇ ਆ ਰਿਹਾ ਹੈ ਚੰਡੀਗੜ੍ਹ ਪੁਲਿਸ ਆ ਰਿਹਾ ਹੈ ਜੇਲ ਬਾਰਡਰ ਵਰਗ ਪੇਪਰ ਆ ਰਹੇ ਨੇ ਤਾਂ ਆਈ ਹੋਪ ਇਹਨਾਂ ਦੀ ਵੀ ਤਿਆਰੀ ਕਰ ਰਹੇ ਹੋ ਤੇ ਕੋਈ ਪੀਐਸਟੀ ਟਿਟੀਟੀ ਮਾਸਟਰ ਕਲਰ ਕਰ ਭਰ ਰਿਹਾ ਹੋਵੇ ਤਾਂ ਉਹ ਵੀ ਵਧੀਆ ਗੱਲ ਹੈ ਤਾਂ ਜਿੱਦਾਂ ਤੁਸੀਂ ਇਹਦੀ ਤਿਆ ਇਹਦਾ ਬੈਰਦਾ ਮੁੱਲ ਸ਼ਾਇਦ 1700 ਪਤਾ ਨਹੀਂ 1800 ਕੁਝ ਸੀਗਾ ਤਾਂ ਜਦੋਂ ਬੈਚ ਆਊਗਾ ਨਵੇਂ ਵਿਪਰਾਂਣਗੇ ਤਾਂ ਉਹਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਲੇਕਿਨ ਅੱਜ ਈਦ ਦੇ ਮੌਕੇ ਤੁਹਾਡੇ ਲਈ ਇੱਕ ਬਹੁਤ ਹੀ ਬੰਪਰ ਆਫਰ ਹੈ ਜਿੱਦਾਂ ਇੱਕ ਪੇਪਰ ਦੀ ਆਪਾਂ ਤਿਆਰੀ ਕੀਤੀ ਸੀ ਬੈਚ ਦੀ 1700 ਰੁਪਏ ਦਾ 1840 ਮੈਨੂੰ ਯਾਦ ਆ ਰਿਹਾ ਰੇਟ ਆਫਟਰ ਡਿਸਕਾਊਂਟ 1840 ਦਾ ਸੀਗਾ ਇੱਕ ਬੈਚ ਲੇਕਿਨ ਅੱਜ ਦੇ ਦਿਨ ਲਈ ਜਿੰਨੇ ਵੀ ਪੇਪਰ ਆਣਗੇ ਪੰਜਾਬ ਵਿੱਚ ਚੰਡੀਗੜ੍ਹ ਵਿੱਚ ਆਪਾਂ ਹਾਊਸਿੰਗ ਬੋਰਡ ਦੀ ਵੀ ਤਿਆਰੀ ਕਰਾਈ ਸੀ ਯਾਦ ਹੋਊਗਾ ਤੁਹਾਨੂੰ ਚੰਡੀਗੜ੍ਹ ਪੁਲਿਸ ਦੀ ਵੀ ਤਿਆਰੀ ਕਰਾਈ ਸੀ ਯਾਦ ਹੋਊਗਾ ਤੁਹਾਨੂੰ ਤਾਂ ਜਿੰਨੇ ਵੀ ਪੇਪਰ ਆਣਗੇ ਪੰਜਾਬ ਤੇ ਚੰਡੀਗੜ੍ਹ ਵਿੱਚ ਉਹਨਾਂ ਦੀ ਕਲਾਸਾਂ ਹੁਣ ਟੈਸਟ ਸੀਰੀਜ਼ ਈ-ਬੁੱਕ ਪੀਡੀਐਫ ਮੌਕ ਟੈਸਟ ਹੋਵੇ ਏ ਟੂ ਜ਼ੈਡ ਕੰਟੈਂਟ ਕਰੰਟ ਅਫੇਅਰ ਦਾ ਸਪੈਸ਼ਲ ਬੈਚ ਪੰਜਾਬ ਜੀਕੇ ਦਾ ਸਪੈਸ਼ਲ ਬੈਚ ਸਟੈਟਿਕ ਜੀਕੇ ਦਾ ਮੈਥ ਦਾ ਸਪੈਸ਼ਲ ਬੈਚ ਇੱਕ ਨਹੀਂ ਪੂਰੇ 2 ਸਾਲਾਂ ਲਈ ਜਿੰਨਾ ਵੀ ਪੇਪਰ ਆਊਗਾ ਉਹਨਾਂ ਦੀ ਤਿਆਰੀ ਸੋਚੋ ਗੈਸ ਕਰੋ ਇਹ 1840 ਦਾ ਇੱਕ ਬੈਚ ਹੈ ਲੇਕਿਨ 2 ਸਾਲ ਤੱਕ ਦੇ ਸਾਰੇ ਪੇਪਰਾਂ ਦੀ ਤਿਆਰੀ ਤੁਹਾਡੇ ਲਈ ਸਪੈਸ਼ਲੀ ਵਾਲੇ ਮੌਕੇ ਤੇ 2200 ਰੁਪਏ ਚ ਹਾਂਜੀ ਈਦ ਦਾ ਮੌਕਾ ਯਾਰ ਕੁਛ ਨਾ ਕੁਛ ਗਿਫਟ ਤਾਂ ਵੱਡਦਾ ਹੈ ਤਾਂ ਅੱਜ ਪੰਜਾਬ ਵੱਡਾ ਦੀ ਟੀਮ ਤੋਂ ਅੱਜ ਮੇਰੇ ਵੱਲੋਂ ਇਹ ਗਿਫਟ ਹੈ ਤੁਹਾਡੇ ਲਈ ਤੁਹਾਡੀ ਲਾਈਟ ਵੀ ਚੱਲੀ ਗਈ ਇਹ ਵੀ ਹੈਰਾਨ ਹੋ ਗਈ ਐਦਾਂ ਕਿਦਾਂ ਹੋ ਗਿਆ ਤਾਂ ਹਾਂਜੀ ਕਿੱਥੇ 1800 ਦਾ ਇੱਕ ਬੈਚ ਮਿਲਦਾ ਕਿੱਥੇ 2200 ਰੁਪਏ ਚ 2 ਸਾਲ ਤੱਕ ਦੇ A to Z ਸਾਰੇ ਬੈਚ ਤੁਹਾਡੇ ਹੱਥ ਹੋ ਸਕਦੇ ਨੇ ਤੁਹਾਡੇ ਹਵਾਲੇ ਕਿਦਾਂ ਇੱਕ ਬਸ ਡਿਸਕਾਊਂਟ ਕੋਡ ਤੁਹਾਨੂੰ ਧਿਆਨ ਰੱਖਣਾ ਹੈ Y383Y383 ਅੱਜ ਤੁਹਾਨੂੰ ਦਿਖਾ ਦਿੰਦਾ ਮੈਂ ਕਿੱਦਾਂ ਟਰੋਲ ਕਰ ਸਕਦੇ ਹੋ ਤਾਂ ਤੁਹਾਨੂੰ ਕੀ ਕਰਨਾ ਹੈ Google ਓਪਨ ਕਰਨਾ ਹੈ ਪਹਿਲਾਂ ਤਾਂ ਮੈਂ ਕਹਿੰਦਾ ਤੁਹਾਨੂੰ ਐਡਾ 247.com ਓਪਨ ਕਰੋ ਤੇ ਇੱਥੇ ਸਰਚ ਕਰ ਲਓ ਪੰਜਾਬ ਪਟਵਾਰੀ ਨਾਇਬ ਜੇਲ ਵਰਡਰ ਐਡਾ ਕਰਕੇ ਅੱਜ ਕੋਈ ਫਾਇਦਾ ਨਹੀਂ ਅੱਜ ਕਿਉਂਕਿ ਸਭ ਤੋਂ ਬੈਸਟ ਰੇਟ ਤੇ ਸਾਨੂੰ ਮਹਾਪੈਕ ਹੀ ਮਿਲ ਰਿਹਾ ਤਾਂ ਫਿਰ ਆਪਣੇ ਆਪ ਸੋਚੋ 1800 ਦਾ ਇੱਕ ਬੈਚ ਲਓਗੇ ਜਾਂ 2200 ਰੁਪਏ ਚ ਦੋ ਸਾਲ ਦੇ ਸਾਰੇ ਬੈਚ ਟੈਸਟ ਸੀਰੀਜ਼ ਈ-ਬੁੱਕ ਪੀਡੀਐਫ ਕ੍ਰੈਸ਼ ਕੋਰਸ ਐਮਸੀਕਿਊ ਬੈਚ ਤਾਂ ਸਿੱਧਾ Google ਤੇ ਜਾਓ ਸਿੱਧਾ ਗੂਗਲ ਤੇ ਜਾ ਕੇ ਇੱਕ ਚੀਜ਼ ਸਰਚ ਕਰੋ ਪੰਜਾਬ ਮਹਾਪੈਗ ਇਹ ਦੇਖੋ ਪੰਜਾਬ ਮਹਾਪੈਗ ਤੇ ਪਹਿਲੇ ਹੀ ਲਿੰਕ ਤੇ ਕਰਤਾ ਕਲਿਕ ਹੁਣ ਇਹਦੇ ਵਿੱਚ ਦੇਖੋ ਕੀ ਲਿਖਿਆ 2 ਸਾਲਾਂ ਦਾ ਰੈਗੂਲਰ ਰੇਟ ਦੱਸਾ ਰੈਗੂਲਰ ਦੇ ਨਾਲ ਵਿੱਚ ਇਹ 3219 ਦਾ ਮਿਲਦਾ ਸਿਰਫ 1 ਸਾਲ ਲਈ ਅਜੋ 1 ਸਾਲ ਹੋ ਗਿਆ 2 ਸਾਲ ਤੇ 3219 ਉੱਤੇ 1000 ਰੁਪਏ ਘੱਟ ਹੋ ਕੇ ਪੈ ਗਿਆ 2200 ਦਾ ਤਾਂ ਆਹ ਵੇਖੋ ਇਹਦੇ ਵਿੱਚ ਤੁਹਾਨੂੰ 1635 ਤਾਂ ਮਿਲਣਗੇ ਟੈਸਟ ਸੀਰੀਜ਼ ਦਾ ਤੇ ਪੁਰਾਣੇ ਜਿੰਨੇ ਵੀ ਬੈਚ ਹੋ ਚੁੱਕੇ ਨੇ ਉਹ ਸਭ ਦੇ ਸਭ ਤੁਹਾਨੂੰ ਮਿਲਣਗੇ ਆਹ ਵੇਖੋ ਅੰਗਰੇਜ਼ੀ ਦਾ ਬੈਚ ਆ ਸਾਰੀ ਕਲਾਸਾਂ ਹੀ ਦੇਖੋ ਜੀਕੇ ਦੀ ਕਲਾਸਾਂ ਅੱਡ ਤੋਂ ਇਹ ਦੇਖੋ A to Z ਕੰਟੈਂਟ ਇੱਥੇ ਭਰਿਆ ਪਿਆ ਕੰਟੈਂਟ ਇੰਨਾ ਕੰਟੈਂਟ ਪਿਆ ਨਾ ਇਹ ਦੇਖ ਸਕਦੇ ਹੋ ਤੁਸੀਂ ਬੈਚ ਹੀ ਬੈਚ ਬੈਚ ਹੀ ਬੈਚ ਬੈਚ ਹੀ ਬੈਚ ਤੇ ਜਦੋਂ ਪੈਚ ਸਟਾਰਟ ਹੋਣਗੇ ਉਹਨਾਂ ਦੀਆਂ ਤੁਸੀਂ ਲਾਈਵ ਦੇਖਣਾ ਚਾਹੋ ਲਾਈਵ ਦੇਖੋ ਟੈਸਟ ਸੀਰੀਜ਼ ਹੋਗੀ ਰਿਕਾਰਡਡ ਕਲਾਸਾਂ ਮਿਲਣਗੇ ਰਿਵੀਜ਼ਨ ਬੈਚ ਈ-ਬੁੱਕ ਅੰਗਰੇਜ਼ੀ ਸਪੀਕਿੰਗ ਦਾ ਕੋਰਸ ਅੱਡ ਤੋਂ ਕਿੰਨੇ ਚ 2200 ਰੁਪਏ ਚ ਇੱਥੇ 10000 ਦੱਸਿਆ ਹਜੇ ਲੇਕਿਨ ਪੰਜਾਬ ਦਾ ਡਿਸਕਾਊਂਟ ਕੋਡ ਤੁਹਾਡੇ ਕੋਲ ਹੈ ਤਾਂ ਉਹ ਧਿਆਨ ਰੱਖਣਾ ਤਾਂ ਲਿਖਣਾ ਤੁਹਾਨੂੰ Y383 Y383 ਤੇ ਆਹ ਵੇਖੋ ਇਹ ਲੱਗਦੇ ਆ ਹੀ ਪੈ ਗਿਆ ਤੁਹਾਨੂੰ 2300 ਰੁਪਏ ਦਾ ਹਾਂ ਹਾਂ ਮੈਂ ਕਿਹਾ 2200 ਰੁਪਏ ਰੁਕ ਜਾ ਰੁਕ ਜਾ ਅਸੀਂ ਕੀ ਕਰਨਾ ਹੈ ਹੁਣ ਅਸੀਂ ਹੁਣ ਜਾਣਾ ਹੈ ਅੱਡਾ 247 ਦੀ ਐਪ ਵਿੱਚ ਐਪ ਇੰਸਟਾਲ ਕਰ ਲਿਓ ਐਪ ਦਾ ਲਿੰਕ ਨਹੀਂ ਮਿਲਦਾ ਤਾਂ ਇਹ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਜਾਇਓ ਡਿਸਕ੍ਰਿਪਸ਼ਨ ਹੁੰਦੀ ਹੈ ਨਾ ਵੀਡੀਓ ਦੀ ਉੱਥੇ ਲਿਖਿਆ ਹੋਗਾ ਡਾਊਨਲੋਡ ਆ ਅੱਡਾ 247 ਐਪ ਤੇ ਮੇਰਾ ਨਾਂ ਲਿਖਿਆ ਹੋਗਾ ਉਦੇ ਉੱਤੇ ਕਲਿੱਕ ਕਰਿਓ ਐਪ ਤੇ ਜਾਇਓ ਇੰਸਟਾਲ ਕਰਿਓ ਪੰਜਾਬ ਮਹਾਪੈਕ ਸਰਚ ਕਰੋ ਉੱਤੇ ਫਿਰ Y383Y383 ਡਿਸਕਾਊਂਟ ਭਰ ਕੇ ਉੱਥੇ ਤੁਹਾਨੂੰ ਇੱਕ ਸਪੈਸ਼ਲ ਕੁਆਇਨਸ ਐਕਟੀਵੇਟ ਹੋ ਜੂਗੇ ਜਿੱਦਾਂ ਹੀ Y383 ਭਰੋਗੇ ਕੁਆਇਨਸ ਆਜੂਗੇ ਤਾਂ ਇਹੇ ਉੱਥੇ ਲਾ ਕੇ 100 ਰੁਪਇਆ ਹੋਰ ਸਸਤਾ ਪੈ ਜਾਊ 2199 ਦਾ ਤੇ ਇੱਕ ਦੀ ਥਾਂ ਪੂਰੇ 2 ਸਾਲ ਤੱਕ ਦੀ ਤੁਹਾਡੀ ਤਿਆਰੀ ਇਹਦੇ ਵਿੱਚ ਹਾਂ স্পেশাল ਚੀਜ਼ ਕੀ ਹੈ ਇਹਦੇ ਵਿੱਚ ਕਿਉਂਕਿ ਤੁਸੀਂ Y383 ਗਰੁੱਪ ਦੇ ਮੈਂਬਰ ਬਣ ਜਾਓਗੇ ਤੁਹਾਡੇ ਲਈ ਇੱਕ স্পেশাল ਬੈਚ ਫ੍ਰੀ ਆਫ ਕਾਸਟ ਮਿਲੇਗਾ ਕਿਹੜਾ ਬੈਚ ਹੋ ਜਾਊਗਾ ਉਹ ਉਹ ਹੋ ਜਾਊਗਾ ਜੀ ਗਾਈਡੈਂਸ ਵਾਲਾ ਬੈਚ ਉਹ ਹੋ ਜਾਊਗਾ ਗਾਈਡੈਂਸ ਵਾਲਾ ਬੈਚ ਤੁਸੀਂ ਕਹੋਗੇ ਸਰ ਗਾਈਡੈਂਸ ਤਾਂ ਪਹਿਲਾਂ ਵੀ ਹੁੰਦੀ ਸੀ ਇਹ ਅਲੱਗ ਹੈ ਇਹ ਹਰ ਸ਼ਨੀਵਾਰ ਨੂੰ ਐਵਰੀ ਸੈਟਰਡੇ 3 ਵਜੇ ਦੁਪਹਿਰ ਨੂੰ ਤੁਹਾਡੇ ਨਾਲ ਇੱਕ ਵੀਡੀਓ ਕਾਲ ਹੋਇਆ ਕਰੂਗੀ ਇਹ ਇੱਕ ਵੀਡੀਓ ਕਾਲ ਦੇ ਵਿੱਚ ਤੁਹਾਡੇ ਨਾਲ ਉਹੀ ਗਾਈਡੈਂਸ ਵਾਲੀ ਗੱਲਾਂ ਹੋਣਗੀਆਂ ਆਪਣੇ ਆਪ ਸੋਚੋ ਇੱਕ ਤੁਸੀਂ ਟਾਈਪ ਕਰਕੇ ਦੱਸ ਰਹੇ ਹੋ ਇੱਕ ਤੁਸੀਂ ਸਾਡੇ ਰੂਬਰੂ ਹੋ ਕੇ ਕਿਦਾ WhatsApp ਕਾਲ ਕਰ ਰਹੇ ਵੀਡੀਓ ਕਾਲ ਫੇਸਟਾਈਮ ਕਰ ਰਹੇ ਜੂਮ ਕਾਲ ਕਰ ਰਹੇ ਉੱਦਾਂ ਰਾੜੇ ਨਾਲ ਗੱਲ ਕਰ ਆਪਣੇ ਆਪ ਸੋਚੋ ਤਾਂ ਇਹ ਹੋਊਗਾ ਤੁਹਾਡੇ ਨੂੰ ਸਪੈਸ਼ਲ ਫ੍ਰੀ ਆਫ ਕਾਸਟ ਜਦੋਂ ਤੁਸੀਂ ਵਾਏ 383 ਲਾ ਕੇ ਇਸ ਮਹਾਪੈਕ ਵਿੱਚ ਐਨਰੋਲ ਕਰਦੇ ਹੋ ਤੁਹਾਨੂੰ ਸਪੈਸ਼ਲ ਇਹ ਵਾਲਾ ਬੈਚ ਤੁਹਾਨੂੰ ਫ੍ਰੀ ਆਫ ਕਾਸਟ ਮਿਲਦਾ ਹੈ ਐਵਰੀ ਸੈਟਰਡੇ 3 ਵਜੇ ਵੀਡੀਓ ਕਾਲ ਤੇ ਅਸੀਂ ਰੂਬਰੂ ਹੋਵਾਂਗੇ ਤੇ ਇਹਦੇ ਵਿੱਚ ਪੜ੍ਹਾਈ ਬਾਰੇ ਗੱਲ ਨਹੀਂ ਹੋਗੀ ਇਹਦੇ ਵਿੱਚ ਗਾਈਡੈਂਸ ਆਬਵੀਅਸਲੀ ਮਤਲਬ ਪੇਪਰ ਦੇ ਰਿਲੇਟਿਡ ਹੀ ਗੱਲ ਕਰਾਂਗੇ ਬਟ ਉਹ ਨਹੀਂ ਕਿ ਸਰ ਟਾਈਮ ਐਂਡ ਵਰਕ ਨਹੀਂ ਸਮਝ ਆ ਰਾ ਮੇਰੇ ਕੋ ਟਾਈਮ ਸਪੀਡ ਡਿਸਟੈਂਸ ਨਹੀਂ ਸਮਝ ਆ ਰਾ ਮੇਰੇ ਕੋ ਸਰ ਕੰਪਾਈਲੇਸ਼ਨ ਕੱਬ ਮਿਲੇਗੀ ਸਰ ਪੀਡੀਐਫ ਨਹੀਂ ਦੀ ਥੀ ਆਪਨੇ ਉਹ ਪੀਡੀਐਫ ਨਹੀਂ ਅਟੈਚ ਉਹ ਨਹੀਂ ਸਿਰਫ ਗਾਈਡੈਂਸ ਅੰਗਰੇਜ਼ੀ ਚ ਕਿਹਾ ਜਾਂਦਾ ਹੈਂਡਹੋਲਡਿੰਗ ਸੈਸ਼ਨ ਪੜਦਾ ਰਹੇ ਹੋ ਨਾ ਤੁਸੀਂ ਸਾਰੇ ਨੌਲੇਜ ਤਾਂ ਬਹੁਤ ਹੈ ਲੇਕਿਨ ਉਸ ਨੌਲੇਜ ਨੂੰ ਪਰਫੈਕਟ ਕਿੱਥੇ ਕਰਨਾ ਕਿੱਦਾਂ ਕਰਨਾ ਪੇਪਰ ਪਾਸ ਕਰਨ ਲਈ ਉਹ ਗੱਲਾਂ ਕਰਾਂਗੇ ਮੇਰਾ ਮਕਸਦ ਹੈ ਕਿ ਤੁਹਾਨੂੰ ਤਿਆਰੀ ਇਦਾਂ ਦੀ ਕਰਾਈਏ ਵੀ ਇੰਨੀ ਜੇ ਨੌਲੇਜ ਹੈ ਨਾ ਇੰਨੀ ਨੌਲੇਜ ਤੁਸੀਂ ਇਕੱਠੀ ਇਹ ਨੌਲੇਜ ਦੀ ਪਾਈਪਲਾਈਨ ਬਣਾ ਕੇ ਸਿੱਧਾ ਤੁਹਾਨੂੰ ਪੇਪਰ ਪਾਸ ਕਰਾਉਣਾ ਹੈ ਇਹ ਨਹੀਂ ਕਰਨਾ ਪਰ ਨੌਲੇਜ ਇਕੱਠੀ ਕਰੀ ਜਾਓ ਇਕੱਠੀ ਕਰੀ ਜਾਓ ਇਕੱਠੀ ਕਰਕੇ ਕੀ ਕਰਨਾ ਮੈਂ ਬੱਚਿਆਂ ਨੂੰ ਇਹੀ ਕਹਿੰਨਾ ਕੀ ਕਰੋਗੇ ਜਿਹੜਾ ਕਿ ਕਿਹੜੇ ਸਵਾਲ ਹੁੰਦੇ ਨੇ ਕਿ ਇੱਕ ਪਿੰਡ ਦੇ ਵਿੱਚ 1000 ਲੋਕਾਂ ਦੀ ਪੰਚਾਇਤ ਸੀ ਉਹਦੇ ਵਿੱਚੋਂ 5 ਬੰਦੇ ਵਿਕਾਰ ਨਿਕਲੇ 995 ਨੇ ਵੋਟ ਦਿੱਤੀ ਦੱਸੋ ਕਿੰਨੇ ਪ੍ਰਤੀਸ਼ਤ ਕੀ ਕਰਨਾ ਆਪਾਂ ਆਪਾਂ ਪੀ ਐਚ ਡੀ ਨਹੀਂ ਕਰਨੀ ਹੈ ਆਪਾਂ ਸਿਲੇਕਸ਼ਨ ਲੈਣੀ ਹੈ ਤੇ ਸਿਲੇਕਸ਼ਨ ਲੈਣ ਲਈ 100% ਪੜਨ ਦੀ ਵੀ ਲੋੜ ਨਹੀਂ ਹੁੰਦੀ ਇਹ ਵੀ ਮੈਂ ਤੁਹਾਨੂੰ ਦੱਸ ਦਵਾ ਤਾਂ ਇਹ ਸਾਰੀਆਂ ਗੱਲਾਂ ਇਹੋ ਜਿਹੀਆਂ ਗੱਲਾਂ ਆਪਾਂ ਕਰਾਂਗੇ ਇਸ ਗਾਈਡੈਂਸ ਵਾਲੀ ਕਲਾਸ ਦੇ ਵਿੱਚ ਕਦੋਂ ਹੋਊਗੀ ਕੱਲ ਹੋਊਗੀ ਹਰ ਸ਼ਨੀਵਾਰ ਹੋਊਗੀ ਕੱਲ ਪਹਿਲੀ ਕਲਾਸ ਹੈ 3 ਵਜੇ ਤਾਂ ਜੇ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਜਰੂਰ ਇਹ ਡਿਸਕਾਊਂਟ ਕੋਡ ਵਾਸਤੇ ਧਿਆਨ ਰੱਖਣਾ ਤੁਹਾਨੂੰ Y383Y383 2 ਸਾਲ ਲਈ ਸਾਰੀ ਤਿਆਰੀ ਤਾਂ ਹੋ ਹੀ ਰਹੀ ਹੈ ਸਿਰਫ 2200 ਰੁਪਏ ਚ ਤੇ ਸਪੈਸ਼ਲ ਗਾਈਡੈਂਸ ਕਲਾਸ ਫ੍ਰੀ ਆਫ ਕਾਸਟ ਠੀਕ ਹੈ ਜੀ ਆਲ ਦਾ ਬੈਸਟ ਸਤਿ ਸ਼੍ਰੀ ਅਕ